ਵੈਲਕਮ ਮਾਈ ਡੀਅਰ ਸਟੂਡੈਂਟਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਮੈਰੀਟੋਰੀਅਸ ਸਟੂਡੈਂਟਸ ਓਨਲੀ ਦੇ ਉੱਪਰ। ਸੋ ਤੁਹਾਡੇ ਸਕੂਲ ਆਫ ਐਮੀਨੈਂਸ ਐਂਡ ਮੈਰੀਟੋਰੀਅਸ ਸਕੂਲ ਦੇ ਐਗਜ਼ਾਮ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਤੁਹਾਡੇ ਐਡਮਿਟ ਕਾਰਡਸ ਦੇ ਰਿਲੇਟਡ। ਸੋ ਬਹੁਤ ਸਾਰੇ ਬੱਚਿਆਂ ਨੂੰ ਸੀ ਕਿ ਮੈਮ ਸਾਡਾ ਐਗਜ਼ਾਮ ਸੈਂਟਰ ਕੀ ਹੈ, ਸਾਡੀਆਂ ਜਿਹੜੀਆਂ ਹੈਗੀਆਂ ਨੇ ਲੋਕੇਸ਼ਨ ਕਿੱਥੇ ਹੈ। ਸੋ ਸਾਰਾ ਕੁਝ ਆ ਚੁੱਕਿਆ, ਤੁਸੀਂ ਨੇ ਕੀ ਕਰਨਾ ਹੈ, ਮਤਲਬ ਤੁਸੀਂ ਗੂਗਲ ਓਪਨ ਕਰਨਾ ਹੈ ਜਾਂ ਕ੍ਰੋਮ ਓਪਨ ਕਰਨਾ ਹੈ, ਉੱਥੇ ਤੁਸੀਂ ਕੋਈ ਵੀ ਸਾਡੀ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਉਹਦੀ ਕੋਈ ਵੀ ਵੈਬਸਾਈਟ ਭਰ ਦੇਣੀ ਹੈ। ਜਿਵੇਂ ਫੋਰ ਐਗਜ਼ਾਮਪਲ ਮੈਂ ਇੱਥੇ ਭਰ ਰਹੀ ਹਾਂ PSEB.ac.in, ਠੀਕ ਹੈ। ਤੁਸੀਂ ਇੱਥੋਂ ਇਹਨੂੰ ਫਿਲ ਕਰਨਾ ਹੈ, ਜਦੋਂ ਤੁਸੀਂ ਬੇਟਾ ਇਹ ਜਿਹੜੀ ਆਫੀਸ਼ੀਅਲ ਵੈਬਸਾਈਟ ਇੱਥੇ ਭਰੋਗੇ, ਤੁਹਾਡੇ ਸਾਹਮਣੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਓਪਨ ਹੋ ਜਾਏਗੀ, ਠੀਕ ਹੈ। ਉਦੋਂ ਬਾਅਦ ਰਾਜੇ ਥੋੜਾ ਜਿਹਾ ਇਹਨੂੰ ਜਦੋਂ ਤੁਸੀਂ ਨੀਚੇ ਸਕਰੋਲ ਕਰੋਗੇ ਨਾ, ਦੇਖੋ ਇੱਥੇ ਤੁਹਾਡੇ ਕੋਲ ਆਹ ਇਧਰਲੀ ਆਹ ਵਾਲੀ ਸਾਈਡ ਦੇ ਉੱਪਰ ਆ ਤੁਹਾਨੂੰ ਕੀ ਦਿਖ ਰਿਹਾ ਰਾਜੇ, ਇੱਥੇ ਆਹ ਨਿਊਜ਼ ਚੱਲ ਰਹੀ ਹੈ ਨਾ, ਤੁਹਾਨੂੰ ਨਿਊਜ਼ ਦਿਖ ਰਹੀ ਹੋਏਗੀ। ਇੱਥੇ ਜਦੋਂ ਵੀ ਸਾਨੂੰ ਕੋਈ ਸਕੂਲ ਆਫ ਐਮੀਨੈਂਸ ਦੀ ਨਿਊਜ਼ ਮਿਲ ਗਈ, ਤੁਸੀਂ ਉਹਤੇ ਕਲਿੱਕ ਕਰ ਦੇਣਾ। ਜਿਵੇਂ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਫਾਰ ਸਕੂਲ ਆਫ ਐਮੀਨੈਂਸ ਫਾਰ ਸੈਸ਼ਨ 2024-25, ਤਾਂ ਤੁਹਾਨੂੰ ਡਾਇਰੈਕਟ ਇਹ ਜਿਹੜੀ ਸਕੂਲ ਆਫ ਐਮੀਨੈਂਸ ਦੀ ਆਫੀਸ਼ੀਅਲ ਵੈਬਸਾਈਟ ਹੈ ਇਹ ਪੇਜ ਰੀਡਾਇਰੈਕਟ ਹੋ ਜਾਏਗਾ, ਠੀਕ ਹੈ। ਹੁਣ ਦੇਖੋ ਬੇਟਾ ਇੱਥੇ ਤੁਹਾਡੇ ਆਹ ਨਵੀਂ ਆਪਸ਼ਨ ਇੱਥੇ ਅਪਡੇਟ ਹੋ ਗਈ ਹੈ, ਤੁਹਾਨੂੰ ਐਡਮਿਟ ਕਾਰਡ ਦਿਖ ਰਿਹਾ ਹੈ, ਤੁਸੀਂ ਇਸ ਐਡਮਿਟ ਕਾਰਡ ਦੇ ਉੱਪਰ ਕਲਿੱਕ ਕਰਨਾ ਹੈ। ਬੇਟਾ ਇੱਥੇ ਤੁਹਾਨੂੰ ਦੋ ਚੀਜ਼ਾਂ ਪੁੱਛੀਆਂ ਗਈਆਂ ਨੇ, ਇੱਕ ਉਹਨਾਂ ਨੇ ਤੁਹਾਡਾ ਐਪਲੀਕੇਸ਼ਨ ਨੰਬਰ ਪੁੱਛਿਆ ਹੈ, ਜਿਹੜਾ ਕਿ ਤੁਹਾਥੋਂ ਜਦੋਂ ਤੁਸੀਂ ਰਜਿਸਟ੍ਰੇਸ਼ਨ ਕੀਤੀ ਹੋਏਗੀ ਤੁਹਾਨੂੰ ਐਪਲੀਕੇਸ਼ਨ ਨੰਬਰ ਉਹਨਾਂ ਨੇ ਦਿੱਤਾ ਹੋਏਗਾ ਉਹ ਫਿਲ ਕਰਨਾ ਹੈ। ਔਰ ਬੇਟਾ ਨੀਚੇ ਆ ਵਾਲੀ ਜਿਹੜੀ ਥੱਲੇ ਵਾਲੀ ਆਪਸ਼ਨ ਹੈ, ਇੱਥੇ ਤੁਸੀਂ ਡੇਟ ਆਫ ਬਰਥ ਆਪਣੀ ਜਿਹੜੀ ਵੀ ਤੁਹਾਡੀ ਡੇਟ ਆਫ ਬਰਥ ਹੈ ਤੁਸੀਂ ਫਾਰਮ ਭਰਦੇ ਵੇਲੇ ਸਹੀ ਭਰੀ ਹੋਣੀ ਹੈ ਉਹ ਇੱਥੇ ਫਿਲ ਕਰਨੀ ਹੈ, ਔਰ ਇੱਥੇ ਸਬਮਿਟ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਹੈ। ਸਬਮਿਟ ਵਾਲੀ ਆਪਸ਼ਨ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਜਿਹੜੇ ਤੁਹਾਡੇ ਕੋਲ ਕੁਝ ਤੁਹਾਡਾ ਐਡਮਿਟ ਕਾਰਡ ਓਪਨ ਹੋ ਜਾਏਗਾ, ਜਿਵੇਂ ਆਪਾਂ ਇੱਥੇ ਇੱਕ ਬੱਚੇ ਦਾ ਆਲਰੇਡੀ ਕੀਤਾ ਹੋਇਆ ਅਪਲੋਡ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਐਗਜ਼ਾਮ ਸੈਂਟਰ ਜਿਹੜਾ ਆਇਆ ਹੈਗਾ ਉਹ ਤੁਹਾਡਾ ਉੱਪਰ ਹੀ ਆਹ ਐਗਜ਼ਾਮ ਡਿਟੇਲਸ ਲਿਖੀਆਂ ਹੋਈਆਂ ਨੇਗੀਆਂ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜਿਵੇਂ ਮਾਨਸਾ ਦੇ ਵਿੱਚ ਪਿੰਡ ਹੈ ਸ਼ਾਇਦ ਕਰੰਡੀ ਸਮਥਿੰਗ, ਕੁਝ ਇਦਾਂ ਦੀ ਪ੍ਰੋਨੰਸੀਏਸ਼ਨ ਹੋਏਗੀ, ਹੈ ਨਾ। ਔਰ ਤੁਹਾਡਾ ਦੇਖੋ ਪੂਰੀ ਟਾਈਮਿੰਗ ਦੇ ਦਿੱਤੀ ਗਈ ਹੈ, 10 ਵਜੇ ਤੋਂ ਲੈ ਕੇ ਜਿਹੜਾ ਹੈਗਾ 1 ਵਜੇ ਤੱਕ ਤੁਹਾਡੀ ਟਾਈਮਿੰਗ ਹੈ। ਸਾਰੇ ਤੁਹਾਡੇ ਡੇਟ ਆਫ ਐਗਜ਼ਾਮ 30-3 ਹੈ ਔਰ ਸਾਰੀਆਂ ਡਿਟੇਲਸ ਇੱਥੇ ਜਿਹੜੀਆਂ ਤੁਹਾਨੂੰ ਦੇ ਦਿੱਤੀਆਂ ਗਈਆਂ ਨੇ। ਔਰ ਉਸ ਤੋਂ ਨੀਚੇ ਜਿਹੜਾ ਵੀ ਟਾਈਮ ਟੇਬਲ ਹੈ ਉਹ ਮੈਂ ਤੁਹਾਨੂੰ ਨੈਕਸਟ ਦੇ ਵਿੱਚ ਇਨਫੋਰਮ ਕਰ ਦਿਉਂ, ਕਿਉਂਕਿ ਨਹੀਂ ਬੱਚੇ ਦੀ ਇਨਫੋਰਮੇਸ਼ਨ ਸ਼ੋ ਹੋ ਜਾਏਗੀ। ਸੋ ਇਸ ਲਈ ਰਾਜੇ ਤੁਸੀਂ ਇੱਥੋਂ ਜਾ ਕੇ ਆਪਣਾ ਜਿਹੜਾ ਹੈਗਾ ਜਿਹੜਾ ਤੁਹਾਡਾ ਐਡਮਿਟ ਕਾਰਡ ਹੈ ਡਾਊਨਲੋਡ ਕਰੋ, ਤੁਹਾਡੇ ਕੋਲ ਆ ਚੁੱਕਿਆ, ਤੁਹਾਡੇ ਨੇੜੇ ਤੇੜੇ ਹੀ ਸਕੂਲ ਹੋਏਗਾ ਇਹ। ਸੋ ਅਗਰ ਕਿਸੇ ਬੱਚੇ ਨੂੰ ਕੋਈ ਦਿੱਕਤ ਵਗੈਰਾ ਹੋਈ ਤਾਂ ਉਹ ਜ਼ਰੂਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ। ਥੈਂਕ ਯੂ ਸੋ ਮਚ, ਮਿਲਦੇ ਹਾਂ ਫਿਰ ਨੈਕਸਟ ਵੀਕ।